ਸਾਰੇ ਹੀ ਵਿਦਿਆਰਥੀਆਂ ਦਾ ਯੂਟਿਊਬ ਚੈਨਲ ਸਪੋਰਟ ਫੋਰ ਐਜੂਕੇਸ਼ਨ ਵਿੱਚ ਬਹੁਤ ਬਹੁਤ ਸਵਾਗਤ ਹੈ ਅਤੇ ਇਸ ਵੀਡੀਓ ਵਿੱਚ ਅਸੀਂ ਕਰਾਂਗੇ ਨਿੱਜੀ ਅਤੇ ਦਫ਼ਤਰੀ ਪੱਤਰ। ਅਤੇ ਦੋਸਤੋ, ਇਹ ਵੀਡੀਓ ਹੈ CBSE ਦੇ ਵਿਦਿਆਰਥੀਆਂ ਦੇ ਲਈ ਬਣਾਈ ਜਾ ਰਹੀ ਹੈ ਅਤੇ ਸਪੈਸ਼ਲੀ 10ਵੀਂ ਜਮਾਤ ਦੇ ਵਿਦਿਆਰਥੀਆਂ ਦੇ ਲਈ, ਜਿਨ੍ਹਾਂ ਦੀ ਬੋਰਡ ਦੀ ਪ੍ਰੀਖਿਆ ਅਤੇ ਕਿਸ ਤਰ੍ਹਾਂ ਅਸੀਂ ਪੱਤਰ ਲਿਖਣਾ ਉਹ ਅਸੀਂ ਦੇਖਾਂਗੇ। ਅਤੇ ਪੱਤਰ CBSE 10ਵੀਂ ਦੇ ਟਰਮ 2 ਦੇ ਐਗਜ਼ਾਮ ਵਿੱਚ 7 ਨੰਬਰਾਂ ਦਾ ਆਉਣਾ ਅਤੇ ਮਾਰਕਸ ਡਿਸਟ੍ਰੀਬਿਊਸ਼ਨ ਕਿਸ ਤਰ੍ਹਾਂ ਹੋਏਗੀ ਉਹ ਵੀ ਅਸੀਂ ਇਸ ਵੀਡੀਓ ਵਿੱਚ ਡਿਸਕਸ ਕਰਾਂਗੇ। ਅਤੇ ਸਭ ਤੋਂ ਪਹਿਲਾਂ ਅਸੀਂ ਗੱਲ ਕਰਦੇ ਨਿੱਜੀ ਪੱਤਰ ਦੀ। ਨਿੱਜੀ ਪੱਤਰ ਹੈ ਜੋ ਕਿ ਅਸੀਂ ਆਪਣੇ ਦੋਸਤ, ਰਿਸ਼ਤੇਦਾਰ, ਮਾਤਾ ਪਿਤਾ ਨੂੰ ਲਿਖਦੇ ਹਾਂ। ਅਤੇ ਹੁਣ ਇਸ ਵਿੱਚ 3 ਹਿੱਸੇ ਹੋਣਗੇ, ਆਰੰਭ, ਵਿਚਕਾਰਲਾ ਹਿੱਸਾ ਅਤੇ ਅੰਤਲਾ ਹਿੱਸਾ। ਅਤੇ ਹੁਣ ਅਸੀਂ ਆਰੰਭ ਕਿਸ ਤਰ੍ਹਾਂ ਕਰਨਾ, ਸਭ ਤੋਂ ਪਹਿਲਾਂ ਅਸੀਂ ਲਿਖਣਾ ਪ੍ਰੀਖਿਆ ਭਵਨ --- ਕੇਂਦਰ --- ਸ਼ਹਿਰ ਅਤੇ ਉਸ ਤੋਂ ਬਾਅਦ ਮਿਤੀ ਲਿਖਣੀ ਹੈ। ਅਤੇ ਹੁਣ ਪੱਤਰ ਲਿਖਣ ਦਾ ਇੱਕ ਬਹੁਤ ਜ਼ਿਆਦਾ ਇੰਪੋਰਟੈਂਟ ਰੂਲ ਹੈ ਕਿ ਹੁਣ ਅਸੀਂ ਆਪਣਾ ਨਾਂ, ਆਪਣਾ ਐਡਰੈਸ, ਆਪਣੇ ਸ਼ਹਿਰ ਦਾ ਨਾਂ, ਆਪਣੇ ਸਕੂਲ ਦਾ ਨਾਂ ਬਿਲਕੁਲ ਨਹੀਂ ਲਿਖਣਾ। ਅਤੇ ਲਿਖਣਾ ਕੀ ਹੈ, ਪ੍ਰੀਖਿਆ ਭਵਨ --- ਕੇਂਦਰ --· ਸ਼ਹਿਰ 2 ਅਪ੍ਰੈਲ 2022। ਅਤੇ ਇਸ ਤਰ੍ਹਾਂ ਅਸੀਂ ਆਰੰਭ ਕਰਨਾ ਪੱਤਰ ਦਾ। ਉਸ ਤੋਂ ਬਾਅਦ ਅਸੀਂ ਲਿਖਣਾ ਸੰਬੋਧਨੀ ਸ਼ਬਦ, ਸਤਿਕਾਰਯੋਗ ਮਾਤਾ ਜੀ, ਸਤਿ ਸ਼੍ਰੀ ਅਕਾਲ। ਇਹ ਹੋ ਗਿਆ ਸੰਬੋਧਨੀ ਸ਼ਬਦ, ਹੋ ਗਿਆ ਸਤਿਕਾਰਯੋਗ ਮਾਤਾ ਜੀ, ਅਤੇ ਸਤਿ ਸ਼੍ਰੀ ਅਕਾਲ ਹੋ ਗਿਆ ਸ਼ਿਸ਼ਟਾਚਾਰ ਵਜੋਂ ਸ਼ਬਦ। ਅਤੇ ਉਸ ਤੋਂ ਬਾਅਦ ਥੋੜ੍ਹਾ ਜਿਹਾ ਗੈਪ ਛੱਡ ਕੇ ਇੱਧਰ ਮੁੱਖ ਭਾਗ, ਜਿਸ ਨੂੰ ਵਿਚਕਾਰਲਾ ਭਾਗ ਵੀ ਕਹਿੰਦੇ ਹਾਂ, ਉਹ ਸ਼ੁਰੂ ਹੋ ਜਾਏਗਾ। ਅਤੇ ਇਸ ਵਿੱਚ ਆਪ ਸਾਰਿਆਂ ਨੂੰ ਨੁਕਤੇ ਦਿੱਤੇ ਹੋਣਗੇ ਅਤੇ ਉਹਨਾਂ ਦੇ ਸੈਂਟੈਂਸਿਸ ਸੈਂਟੈਂਸ ਫੋਰਮ ਕਰਕੇ, ਸੈਂਟੈਂਸਿਸ ਦੀ ਫੋਰਮੇਸ਼ਨ ਕਰਕੇ ਆਪ ਸਾਰੇ ਵਿਚਕਾਰਲਾ ਭਾਗ ਪੂਰਾ ਕਰ ਸਕਦੇ ਹੋ। ਅਤੇ ਉਸ ਤੋਂ ਬਾਅਦ ਧੰਨਵਾਦ ਸਹਿਤ ਲਿਖਣਾ ਸੈਂਟਰ ਵਿੱਚ, ਅਤੇ ਐਂਡ ਵਿੱਚ ਸੱਜੇ ਪਾਸੇ ਆਪਦਾ ਪਿਆਰਾ ਪੁੱਤਰ, ਊੜਾ ਐੜਾ ਏੜੀ ਨਾ। ਅਤੇ ਇਹ ਹੋ ਗਿਆ ਅੰਤਲਾ ਭਾਗ, ਅਤੇ ਆਪਦਾ ਪਿਆਰਾ ਪੁੱਤਰ ਹੋ ਗਿਆ ਸੰਬੰਧ ਪ੍ਰਗਟਾਊ ਸ਼ਬਦ। ਅਤੇ ਹੁਣ ਅਸੀਂ ਧਿਆਨ ਰੱਖਣਾ ਕਿ ਜਿਹੜਾ ਪ੍ਰੀਖਿਆ ਭਵਨ --- ਕੇਂਦਰ ਉਹ ਸੱਜੇ ਪਾਸੇ ਲਿਖਣਾ, ਸੰਬੋਧਨੀ ਸ਼ਬਦ ਹੈ ਉਹ ਖੱਬੇ ਪਾਸੇ ਲਿਖਣਾ, ਸ਼ਿਸ਼ਟਾਚਾਰ ਵਜੋਂ ਸ਼ਬਦ ਉਹ ਸੈਂਟਰ ਵਿੱਚ ਲਿਖਣਾ, ਮੁੱਖ ਭਾਗ ਹੈ ਥੋੜ੍ਹਾ ਜਿਹਾ ਗੈਪ ਛੱਡ ਕੇ ਇੱਧਰੋਂ ਸਟਾਰਟ ਕਰਨਾ, ਧੰਨਵਾਦ ਸਹੀ ਤਾਂ ਸੈਂਟਰ ਵਿੱਚ ਲਿਖਣਾ। ਅਤੇ ਹੁਣ ਜਦੋਂ ਪੱਤਰ ਦਾ ਅਸੀਂ ਅੰਤ ਕਰਾਂਗੇ ਅਤੇ ਅੰਤ ਵਿੱਚ ਸੱਜੇ ਪਾਸੇ ਉਹ ਕਰਨਾ, ਇੱਧਰ ਵੀ ਨਾਂ ਨਹੀਂ ਲਿਖਣਾ, ਉੜਾ ਐੜਾ ਈਡੀ ਲਿਖਣਾ, ਆਪਣਾ ਨਾਂ ਲਿਖਣ ਦੀ ਕੋਈ ਨੀਡ ਨਹੀਂ ਹੈ। ਅਤੇ ਮਾਰਕਸ ਡਿਸਟ੍ਰੀਬਿਊਸ਼ਨ ਗੱਲ ਕਰੀਏ ਅਤੇ ਆਰੰਭ ਦੇ ਹੋ ਗਏ 2 ਮਾਰਕਸ, ਵਿਚਕਾਰਲਾ ਹਿੱਸਾ ਹੋ ਗਿਆ 4 ਨੰਬਰਾਂ ਦਾ, ਅਤੇ ਅੰਤਲਾ ਹਿੱਸਾ ਹੋ ਗਿਆ 1 ਨੰਬਰ ਦਾ। ਅਤੇ ਦੋਸਤੋ, ਇਹ ਸੀਗੇ ਨਿੱਜੀ ਪੱਤਰ। ਹੁਣ ਅਸੀਂ ਗੱਲ ਕਰਾਂਗੇ ਦਫ਼ਤਰੀ ਪੱਤਰ ਦੀ। ਜਿਵੇਂ ਅਸੀਂ ਸਿਹਤ ਵਿਭਾਗ ਦੇ ਡਾਇਰੈਕਟਰ ਨੂੰ ਲਿਖਦੇ ਹਾਂ ਜਾਂ ਕੋਈ ਪ੍ਰਿੰਸੀਪਲ ਨੂੰ ਲਿਖਦੇ ਹਾਂ, ਕਿਸੇ ਨੂੰ ਵੀ ਲਿਖਦੇ ਹਾਂ ਦਫ਼ਤਰੀ ਪੱਤਰ, ਅਤੇ ਉਸਦੀ ਗੱਲ ਕਰਦੇ ਹਾਂ, ਅਤੇ ਸਟਾਰਟਿੰਗ ਬਿਲਕੁਲ ਸੇਮ ਰਹੇਗੀ, ਪ੍ਰੀਖਿਆ ਭਵਨ --· ਕੇਂਦਰ --· ਸ਼ਹਿਰ, ਫਿਰ ਮਿਤੀ। ਮਿਤੀ ਦਾ ਫੋਰਮੈਟ ਵੀ ਦੇਖ ਲਓ, ਪਹਿਲਾਂ ਡੇਟ ਪਾਣੀ ਹੈ, ਉਸ ਤੋਂ ਬਾਅਦ ਮੰਥ, ਫਿਰ ਕੌਮਾ, ਫਿਰ ਸਾਲ। ਉਸ ਤੋਂ ਬਾਅਦ ਖੱਬੇ ਪਾਸੇ ਲਿਖਣਾ ਸੇਵਾ ਵਿਖੇ, ਉਸ ਤੋਂ ਬਾਅਦ ਕੌਮਾ, ਫਿਰ ਹੁਣ ਇਗਜ਼ੈਂਪਲ ਹੈ ਕਿ ਹੁਣ ਅਸੀਂ ਡਾਇਰੈਕਟਰ, ਸਿਹਤ ਵਿਭਾਗ ਦੇ ਡਾਇਰੈਕਟਰ ਨੂੰ ਡੇਂਗੂ ਦੇ ਰੋਕਥਾਮ ਪ੍ਰਤੀ ਜਿਹੜਾ ਚਿੱਠੀ, ਜਿਹੜਾ ਪੱਤਰ ਉਹ ਲਿਖ ਰਹੇ ਹਾਂ, ਅਤੇ ਡਾਇਰੈਕਟਰ ਸਾਹਿਬ, ਸਿਹਤ ਵਿਭਾਗ --· ਸ਼ਹਿਰ, ਇੱਧਰ ਵੀ ਸ਼ਹਿਰ ਦਾ ਨਾਮ ਨਹੀਂ ਲਿਖਣਾ, ਇਸ ਗੱਲ ਦਾ ਧਿਆਨ ਰੱਖਣਾ। ਅਤੇ ਇਸ ਪੱਤਰ ਵਿੱਚ ਇੱਕ ਚੀਜ਼ ਐਡ ਹੋ ਜਾਂਦੀ, ਉਹ ਹੈ ਵਿਸ਼ਾ, ਸਬਜੈਕਟ। ਅਤੇ ਇਹ ਲਿਖਣਾ ਬਹੁਤ ਜ਼ਿਆਦਾ ਜ਼ਰੂਰੀ ਹੈ, ਵਿਸ਼ਾ। ਹੁਣ ਜਿਵੇਂ ਡੇਂਗੂ ਦੇ ਰੋਕਥਾਮ ਸੰਬੰਧੀ ਅਸੀਂ ਪੱਤਰ ਲਿਖ ਰਹੇ ਹਾਂ, ਅਤੇ ਲਿਖਣਾ ਡੇਂਗੂ ਦੇ ਰੋਕਥਾਮ ਸੰਬੰਧੀ। ਅਤੇ ਇਸ ਤੋਂ ਬਾਅਦ ਹੈ ਸ਼੍ਰੀਮਾਨ ਜੀ, ਥੋੜ੍ਹਾ ਜਿਹਾ ਗੈਪ ਛੱਡ ਕੇ ਇੱਧਰ ਅਸੀਂ ਵਿਚਕਾਰਲਾ ਭਾਗ ਲਿਖਣਾ, ਇਸ 'ਤੇ ਵੀ ਸਾਨੂੰ ਨੁਕਤੇ ਦਿੱਤੇ ਹੋਣੇ, ਅਤੇ ਉਹਨਾਂ ਦੀ ਵਰਡ ਫੋਰਮੇਸ਼ਨ ਕਰਕੇ ਲਿਖ ਦੇਣਾ, ਅਤੇ ਇੱਧਰ ਧੰਨਵਾਦ ਸਹਿਤ, ਫਿਰ ਆਪਦਾ ਵਿਸ਼ਵਾਸ ਪੱਤਰ, ਊੜਾ ਐੜਾ ਈਡੀ ਨਾ। ਅਤੇ ਇਸ ਵਿੱਚ ਵੀ ਇਹ ਧਿਆਨ ਰੱਖਣਾ ਕਿ ਜਿਹੜਾ ਪ੍ਰੀਖਿਆ ਭਵਨ ਉਹ ਸੱਜੇ ਪਾਸੇ ਲਿਖਣਾ, ਡੇਟ ਦਾ ਫੋਰਮੈਟ ਦੇਖ ਲਓ, ਸੇਵਾ ਵਿਖੇ ਖੱਬੇ ਪਾਸੇ, ਥੋੜ੍ਹਾ ਜਿਹਾ ਕੌਮੇ ਦੇ ਬਿਲਕੁਲ ਜਿੱਧਰ ਕੌਮਾ ਖਤਮ ਹੋਏਗਾ, ਅਤੇ ਉੱਧਰ ਡਾਇਰੈਕਟਰ ਸਾਹਿਬ, ਸਿਹਤ ਵਿਭਾਗ ਚੰਡੀਗੜ੍ਹ, ਸੋਰੀ ਡੈਸ਼ 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 ਸ਼ਹਿਰ ਦਾ ਨਾਂ ਨਹੀਂ ਲਿਖਣਾ, ਇਸ ਗੱਲ ਦਾ ਧਿਆਨ ਰੱਖਣਾ।
ਤੇ ਵਿਸ਼ਾ ਡੇਂਗੂ ਦੇ ਰੋਕਥਾਮ ਸੰਬੰਧੀ, ਤੇ ਇਸ ਤਰ੍ਹਾਂ ਵਿਸ਼ਾ ਲਿਖਣਾ। ਉਸ ਤੋਂ ਬਾਅਦ ਸ਼੍ਰੀਮਾਨ ਜੀ ਥੋੜ੍ਹਾ ਜਿਹਾ ਗੈਪ ਛੱਡ ਕੇ ਇੱਧਰ ਵਿਚਕਾਰਲਾ ਭਾਗ, ਫਿਰ ਧੰਨਵਾਦ ਸਹਿਤ, ਅਤੇ ਸੱਜੇ ਪਾਸੇ ਐਂਡ ਵਿੱਚ ਆਪਦਾ ਵਿਸ਼ਵਾਸ ਪਾਤਰ ਉੜਾ ਉਡਾ ਈੜੀ ਨਾ। ਜੇ ਮਾਰਕਸ ਡਿਸਟ੍ਰੀਬਿਊਸ਼ਨ ਦੀ ਗੱਲ ਕਰੀਏ, ਇਹ ਵਾਲੇ ਹਿੱਸੇ ਦੇ ਆਰੰਭ ਦੇ ਹਿੱਸੇ ਦੇ 2 ਮਾਰਕਸ ਹੋਣੇ ਨੇ, ਵਿਚਕਾਰਲੇ ਹਿੱਸੇ ਦੇ 4, ਅਤੇ ਐਂਡ ਵਾਲਾ ਹਿੱਸਾ ਉਹ 1 ਨੰਬਰ ਦਾ ਹੋਏਗਾ। ਅਤੇ ਇਸ ਤਰ੍ਹਾਂ ਬਹੁਤ ਈਜ਼ੀ ਫੋਰਮੈਟ ਹੈ, ਅਤੇ ਮੋਸਟ ਲਾਈਕਲੀ ਪੇਪਰ ਵਿੱਚ ਕੀ ਹੋਏਗਾ ਕਿ ਇੱਕ ਆਪ ਸਾਰਿਆਂ ਨੂੰ ਨਿੱਜੀ ਪੱਤਰ ਦਿੱਤਾ ਹੋਏਗਾ, ਅਤੇ ਇੱਕ ਦਫ਼ਤਰੀ ਪੱਤਰ ਦਿੱਤਾ ਹੋਏਗਾ, ਅਤੇ ਆਪ ਚੋਇਸ ਹੋਏਗੀ ਕਿ ਆਪ ਕੋਈ ਵੀ ਇੱਕ ਪੱਤਰ ਹੈ ਜਿਹੜਾ ਆਪ ਸਾਰਿਆਂ ਨੂੰ ਈਜ਼ੀ ਲੱਗੇ ਉਸਦਾ ਹੱਲ ਹੈ ਉਹ ਕਰ ਸਕਦੇ ਹੋ। ਪਰ ਦੋਨੋਂ ਪੱਤਰ ਦੇ ਫੋਰਮੈਟ ਹੈ ਕਿ ਕਿਸ ਤਰ੍ਹਾਂ ਲਿਖਣਾ ਅਤੇ ਕਿਹੜੇ ਪਾਸੇ ਕਿਹੜੀ ਚੀਜ਼ ਆਏਗੀ, ਕਿਹੜੇ ਸੰਬੋਧਨੀ ਸ਼ਬਦ ਅਸੀਂ ਯੂਜ਼ ਕਰਨੇ, ਉਸ ਆਪ ਸਾਰਿਆਂ ਨੂੰ ਮੈਂ ਪਤਾ ਹੋਣੇ ਚਾਹੀਦੇ ਨੇ। ਅਤੇ ਜੇ ਆਪ ਸਾਰਿਆਂ ਨੂੰ ਇਹ ਪਤਾ ਤਾਂ ਆਪ ਇਸ ਵਿੱਚ ਫੁੱਲ ਮਾਰਕਸ ਵੀ ਬਹੁਤ ਹੀ ਈਜ਼ੀਲੀ ਸਕੋਰ ਕਰ ਸਕਦੇ ਹੋ। ਅਤੇ ਮੈਨੂੰ ਪੂਰੀ ਉਮੀਦ ਹੈ ਆਪ ਸਾਰਿਆਂ ਨੂੰ ਇਹ ਵੀਡੀਓ ਵਧੀਆ ਲੱਗਿਆ ਹੋਏਗਾ। ਇਸ ਵੀਡੀਓ ਨੂੰ ਵੱਧ ਤੋਂ ਵੱਧ ਵੀ ਵੱਧ ਤੋਂ ਵੱਧ ਸ਼ੇਅਰ ਕਰੋ, ਤਾਂ ਕਿ ਬਾਕੀ ਸਟੂਡੈਂਟਸ ਤੱਕ ਵੀ, ਬਾਕੀ ਵਿਦਿਆਰਥੀਆਂ ਤੱਕ ਵੀ ਇਹ ਵੀਡੀਓ ਹੈ ਪਹੁੰਚ ਸਕੇ। ਧੰਨਵਾਦ।